ਇਲਾਕੇ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ਦੇ ਵਿੱਚ ਕਰੀਬ 4 ਟਾਂਕੇ ਲੱਗੇ ਨੇ। ਦੱਸਿਆ ਜਾ ਰਿਹਾ ਕਿ ਪੋਲਿੰਗ ਬੂਥ ਤੇ ਇੱਕ ਬਜ਼ੁਰਗ ਔਰਤ ਵੋਟ ਪਾਉਣ ਆਈ ਸੀ, ਜਿਸ ਨੂੰ ਲੈ ਕੇ ਦੋਹਾਂ ਪਾਰਟੀਆਂ ਦੇ ਵਿਚਕਾਰ ਤਕਰਾਰ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰ ਦੇ ਵੱਲੋਂ ਬਾਹਰੋਂ ਬੰਦੇ ਸੱਦ ਲਏ ਗਏ ਤੇ ਉਹਨਾਂ ਵੱਲੋਂ ਕਾਂਗਰਸ ਦੇ ਪੋਲਿੰਗ ਏਜੰਟ ਤੇ ਧਾਵਾ ਬੋਲ ਦਿੱਤਾ ਗਿਆ ਅਤੇ ਤੇਜਿੰਦਰ ਸਿੰਘ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਤਫਤੀਸ਼ ਦੇ ਵਿੱਚ ਜੁਟ ਗਈ। ਘਟਨਾ ਅਮਦਪੁਰ ਦੇ ਨੇੜਲੇ ਪਿੰਡ ਮਸੂਰਪੁਰ ਵਡਾਲਾ ਤੋਂ ਸਾਹਮਣੇ ਆਈ ਹੈ। ਤੇਜਿੰਦਰ ਸਿੰਘ ਆਏ, ਹਾਂਜੀ, ਪੋਲਿੰਗ ਏਜੰਟ ਸੀ। ਕਿਹੜਾ ਪਿੰਡ ਆਪਣਾ? ਮਸੂਰਪੁਰ। ਅੱਛਾ ਜੀ, ਕੀ ਕੀ ਹੋਇਆ? ਕੀ ਚਾਰ ਜਣੇ ਸੀਗੇ ਮੁੰਡੇ, ਇੱਥੇ ਤੇਜ਼ ਹਥਿਆਰ ਮਾਰਿਆ, ਮੈਂ ਥੱਲੇ ਡਿੱਗਿਆ, ਠੰਡਾ ਠੰਡਾ ਮਾਰ ਗਿਆ ਇਹਨਾਂ ਨੇ, ਅੱਗ ਵੀ ਲਾਈ। ਕੌਣ ਕੌਣ ਸੀਗਾ ਜੀ? ਇਹ ਚਾਰ ਜਣੇ ਸੀ ਸਰ, ਤਿੰਨ ਬਣਾਲੇ ਦੇ ਸੀ, ਇੱਕ ਮਨਸੂਰਪੁਰ ਦਾ, ਅੱਗੇ ਵੀ ਨਾ ਕਿਸੇ ਸਕੂਲ ਦੇ ਚਲਦੇ ਚੁਣਦੇ ਆ। ਨਾਮ ਪਤਾ ਉਹਨਾਂ ਦੇ? ਹਾਂਜੀ ਹਾਂਜੀ ਸਰ। ਕੌਣ ਕੌਣ ਸੀਗਾ? ਇੱਕ ਭੁਪਿੰਦਰ ਸਿੰਘ ਸੀ ਜੀ, ਇੱਕ ਹਰਜਿੰਦਰ ਸਿੰਘ ਜੀ, ਰਣਜੀਤ ਸਿੰਘ ਫਾਦਰ ਇਹਨਾਂ ਦੋਨਾਂ ਦਾ, ਇੱਕ ਜਸਵੰਤ ਸਿੰਘ ਸੀ, ਜਸਵੰਤ ਲਾਲ ਜੀ। ਅੱਛਾ ਜੀ, ਹਾਂਜੀ। ਅਤੇ ਹੁਣ ਪੁਲਿਸ ਸਰ ਕੋਈ ਨਹੀਂ, ਇੱਕ ਬਜ਼ੁਰਗ ਸੀਗੇ, ਬਜ਼ੁਰਗ ਕਹਿੰਦੇ ਵੀ ਮੈਨੂੰ ਦੇਸਦਾ ਨੀਗਾ, ਵੋਟ ਪਵਾਓ। ਤਾਂ ਕਰਮਚਾਰੀਆਂ ਨੂੰ ਪੁੱਛਿਆ ਮੈਂ ਜਾ ਕੇ ਵੀ ਕਿੱਦਾਂ ਵੀ ਪਵਾ ਸਕਦੇ, ਕਹਿੰਦੇ ਨਹੀਂ, ਇਹ ਉੱਥੇ ਮੇਰੇ ਨਾਲ ਬਹਿਸ ਆ। ਉਹ ਬਜ਼ੁਰਗ ਕਹਿੰਦਾ ਵੀ ਭਾਈ ਮੈਂ ਆਪਣੀ ਮਰਜ਼ੀ ਨਾਲ ਕਹਿ ਰਿਹਾ ਇਹਨੂੰ ਅਤੇ ਵੋਟ ਪਾਉਣ ਨੂੰ, ਫਿਰ ਮੈਂ ਨਹੀਂ, ਫਿਰ ਵੀ ਮੈਂ ਨਹੀਂ ਭਾਈ, ਮੈਂ ਸ਼ਾਂਤੀ ਰਿਹਾ। ਫਿਰ ਉਹਨਾਂ ਦੀ ਚਾਚੀ ਜੀ ਮੈਨੂੰ ਕਹਿੰਦੇ ਸੀ ਵੀ ਜਿਹੜਾ ਮੁੰਡਾ ਜਸਵੰਤ ਲਾਲ, ਉਹਨਾਂ ਦੇ ਚਾਚੀ ਵੀ ਕਹਿੰਦੇ ਆ ਵੀ ਮੈਂ ਵੋਟ ਆਪਣੀ ਮਰਜ਼ੀ ਨਾਲ ਪਵਾਉਣੀ ਆ, ਹੈ ਨਾ, ਅਤੇ ਜਿਹਨੂੰ ਮੈਂ ਕਿਹਾ ਉਹਨੂੰ ਪਵਾਓ, ਫਿਰ ਵੀ ਨਹੀਂ ਮੈਂ ਪਵਾਇਆ। ਇਹ ਹੋਈ ਰੇਂਜਰ 'ਚ ਰੱਖੀ, ਬਸ ਆਉਂਦੇ ਬੰਦੇ ਸੱਦ ਕੇ ਬਾਹਰੋਂ ਆਉਂਦਿਆਂ ਨੇ ਚਾਰਾਂ ਨੇ ਕੁੱਟਣ ਲੱਗ। ਅਤੇ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਤੁਸੀਂ? ਹਾਂਜੀ, ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ, ਉਹਨਾਂ ਨੇ ਛੁਡਵਾਇਆ ਮੌਕੇ 'ਤੇ, ਨਹੀਂ ਤਾਂ ਹੋਰ ਜ਼ਿਆਦਾ ਸੱਟਾਂ ਮਾਰ ਸਕਦੇ ਸੀ। ਇਲਾਕੇ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ਦੇ ਵਿੱਚ ਕਰੀਬ 4 ਟਾਂਕੇ ਲੱਗੇ ਨੇ। ਦੱਸਿਆ ਜਾ ਰਿਹਾ ਕਿ ਪੋਲਿੰਗ ਬੂਥ ਤੇ ਇੱਕ ਬਜ਼ੁਰਗ ਔਰਤ ਵੋਟ ਪਾਉਣ ਆਈ ਸੀ, ਜਿਸ ਨੂੰ ਲੈ ਕੇ ਦੋਹਾਂ ਪਾਰਟੀਆਂ ਦੇ ਵਿਚਕਾਰ ਤਕਰਾਰ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰ ਦੇ ਵੱਲੋਂ ਬਾਹਰੋਂ ਬੰਦੇ ਸੱਦ ਲਏ ਗਏ ਤੇ ਉਹਨਾਂ ਵੱਲੋਂ ਕਾਂਗਰਸ ਦੇ ਪੋਲਿੰਗ ਏਜੰਟ ਤੇ ਧਾਵਾ ਬੋਲ ਦਿੱਤਾ ਗਿਆ ਅਤੇ ਤੇਜਿੰਦਰ ਸਿੰਘ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਤਫਤੀਸ਼ ਦੇ ਵਿੱਚ ਜੁਟ ਗਈ। ਘਟਨਾ ਅਮਦਪੁਰ ਦੇ ਨੇੜਲੇ ਪਿੰਡ ਮਸੂਰਪੁਰ ਵਡਾਲਾ ਤੋਂ ਸਾਹਮਣੇ ਆਈ ਹੈ। ਤੇਜਿੰਦਰ ਸਿੰਘ ਆਏ, ਹਾਂਜੀ, ਪੋਲਿੰਗ ਏਜੰਟ ਸੀਗੇ। ਕਿਹੜਾ ਪਿੰਡ ਆਪਣਾ? ਮਸੂਰਪੁਰ। ਅੱਛਾ ਜੀ, ਕੀ ਕੀ ਹੋਇਆ? ਕੀ ਕੁਛ ਨਹੀਂ ਸਰ, ਸਾਰੇ ਬਜ਼ੁਰਗ ਸੀਗੇ, ਮੈਂ ਪੋਲਿੰਗ ਏਜੰਟ ਸੀ, ਅੰਦਰ ਉਹ ਬੈਠੇ ਸੀਗੇ, ਬਾਹਰ ਕਹਿੰਦੇ ਪਾਣੀ ਪੀਣਾ, ਮੈਂ ਉਹਨਾਂ ਨਾਲ ਪਾਣੀ ਪਿਲਾ, ਇਹ ਬਾਹਰ ਆਇਆ ਉਸਦੇ ਸਾਡੇ ਨਾਲ ਝਗੜਾ ਕਰ ਲਾ, ਇਹ ਮੇਰੇ ਨਾਲ ਇਕੱਲਾ ਹੀ ਸੀਗਾ ਮੈਂ, ਇਹ ਚਾਰ ਜਣੇ ਸੀਗੇ ਮੁੰਡੇ, ਇੱਥੇ ਤੇਜ਼ ਹਥਿਆਰ ਮਾਰਿਆ, ਮੈਂ ਥੱਲੇ ਡਿੱਗਿਆ, ਠੰਡਾ ਠੰਡਾ ਮਾਰ ਗਿਆ ਇਹਨਾਂ ਨੇ, ਅੱਗ ਵੀ ਲਾਈ। ਕੌਣ ਕੌਣ ਸੀਗਾ ਜੀ? ਇਹ ਚਾਰ ਜਣੇ ਸੀ ਸਰ, ਤਿੰਨ ਬਣਾਲੇ ਦੇ ਸੀ, ਇੱਕ ਮਨਸੂਰਪੁਰ ਦਾ, ਅੱਗੇ ਵੀ ਨਾ ਕਿਸੇ ਸਕੂਲ ਦੇ ਚਲਦੇ ਚੁਣਦੇ ਆ। ਨਾਮ ਪਤਾ ਉਹਨਾਂ ਦੇ? ਹਾਂਜੀ ਹਾਂਜੀ ਸਰ। ਕੌਣ ਕੌਣ ਸੀਗਾ? ਇੱਕ ਭੁਪਿੰਦਰ ਸਿੰਘ ਸੀ ਜੀ, ਇੱਕ ਹਰਜਿੰਦਰ ਸਿੰਘ ਜੀ,
ਰਣਜੀਤ ਸਿੰਘ ਫਾਦਰ ਇਹਨਾਂ ਦੋਨਾਂ ਦਾ, ਇੱਕ ਜਸਵੰਤ ਸਿੰਘ ਅਤੇ ਜਸਵੰਤ ਲਾਲ ਜੀ। ਅੱਛਾ ਜੀ। ਹਾਂਜੀ। ਅਤੇ ਹੁਣ ਪੁਲਿਸ ਨੇ ਹਾਂਜੀ ਸਰ ਕੋਈ ਨਹੀਂ, ਇੱਕ ਬਜ਼ੁਰਗ ਸੀਗੇ, ਬਜ਼ੁਰਗ ਕਹਿੰਦੇ ਵੀ ਮੈਨੂੰ ਦੇਸਦਾਰ ਹੈਗਾ ਵੋਟ ਪਵਾਓ, ਤਾਂ ਕਰਮਚਾਰੀਆਂ ਨੂੰ ਪੁੱਛਿਆ ਮੈਂ ਜਾ ਕੇ ਵੀ ਕਿੱਦਾਂ ਵੀ ਪਵਾ ਸਕਦੇ, ਕਹਿੰਦੇ ਨਹੀਂ ਇਹ ਉੱਥੇ ਮੇਰੇ ਨਾਲ ਬਹਿਸ ਆ। ਉਹ ਬਜ਼ੁਰਗ ਕਹਿੰਦਾ ਵੀ ਭਾਈ ਮੈਂ ਆਪਣੀ ਮਰਜ਼ੀ ਨਾਲ ਕਹਿ ਰਿਹਾ ਇਹਨੂੰ ਅਤੇ ਵੋਟ ਪਾਉਣ ਨੂੰ, ਫਿਰ ਮੈਂ ਨਹੀਂ, ਫਿਰ ਵੀ ਮੈਂ ਨਹੀਂ ਭਾਈ, ਮੈਂ ਸ਼ਾਂਤੀ ਰਿਹਾ। ਫਿਰ ਉਹਨਾਂ ਦੀ ਚਾਚੀ ਜੀ ਮੈਨੂੰ ਕਹਿੰਦੇ ਸੀ ਵੀ ਜਿਹੜਾ ਮੁੰਡਾ ਜਸਵੰਤ ਲਾਲ, ਉਹਨਾਂ ਦੇ ਚਾਚੀ ਵੀ ਕਹਿੰਦੇ ਆ ਵੀ ਮੈਂ ਵੋਟ ਆਪਣੀ ਮਰਜ਼ੀ ਨਾਲ ਪਵਾਉਣੀ ਆ, ਹੈ ਨਾ, ਅਤੇ ਜਿਹਨੂੰ ਮੈਂ ਕਿਹਾ ਉਹਨੂੰ ਪਵਾਓ, ਫਿਰ ਵੀ ਨਹੀਂ ਮੈਂ ਪਵਾਇਆ। ਇਹੋ ਰੰਜਿਸ਼ ਰੱਖੀ, ਬਸ ਆਉਂਦੇ ਬੰਦੇ ਸੱਦ ਕੇ ਬਾਹਰੋਂ ਆਉਂਦਿਆਂ ਨੇ ਚਾਰਾਂ ਨੇ ਕੁੱਟਣ ਲੱਗ। ਅਤੇ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਤੁਸੀਂ? ਹਾਂਜੀ, ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ, ਉਹਨਾਂ ਨੇ ਛੁਡਵਾਇਆ ਮੌਕੇ 'ਤੇ, ਨਹੀਂ ਤਾਂ ਹੋਰ ਜ਼ਿਆਦਾ ਸੱਟਾਂ ਮਾਰ ਸਕਦੇ ਸੀ।